ਇਹ ਬੜੀ ਘਟੀਆ ਕਿਸਮ ਦੀ ਗੱਲ ਹੈ ਕਿ ਉੱਥੇ ਡਿਬਰੂਗੜ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਦੇ ਵਾਸ਼ਰੂਮ ਦੇ ਵਿੱਚ ਜਾਂ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰੇ ਲਾਏ ਗਏ ਆ, ਅਤੇ ਫਿਰ ਉਹਨਾਂ 'ਤੇ ਜਿਹੜੇ ਆ ਮਾਮਲਾ ਦਰਜ ਕਰ ਦਿੱਤਾ ਗਿਆ। ਅਤੇ ਉਹਨਾਂ ਨੇ ਮੇਰੇ ਕੋਲ ਪਿਛਲੇ 10 ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ, ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁੱਖ ਹੜਤਾਲ ਕੀਤੀ ਹੈ। ਅਤੇ ਉਹਦੀ ਜਿਹੜੀ ਵਾਈਫ ਹੈ ਅਮਰਪਾਲ ਸਿੰਘ ਦੀ, ਉਹਨੇ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨੇ ਭੁੱਖ ਹੜਤਾਲ ਰੱਖੀ ਹੋਈ ਹੈ ਅਤੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀ ਰਹੇ। ਇੰਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੇ ਕੋਈ ਜੂ ਨਹੀਂ ਸਰਕ ਰਹੀ ਹੈ, ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲਕਦਮੀ ਕਰ ਰਹੀ ਹੈ। ਅਤੇ ਜੇ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਹੁੰਦਾ ਹੈ ਤਾਂ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਡਿਬਰੂਗੜ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਹੋਏਗੀ। ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਉਹ ਜਿਹੜੇ ਆ ਰਿਹਾ ਹੋਣੇ ਚਾਹੀਦੇ ਨੇ, ਅਤੇ ਜੇ ਨਹੀਂ ਉਹਨਾਂ 'ਤੇ ਜਿਹੜੇ ਉਹਨਾਂ ਦੀ ਜਿਹੜੀ ਜੇਲ੍ਹ ਸ਼ਿਫਟਿੰਗ ਘੱਟੋ ਘੱਟ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਪਰ ਸਰਕਾਰ ਜਿਹੜੀ ਹੈ ਗੱਲ ਨਹੀਂ ਸੁਣ ਰਹੀ ਹੈ, ਸੁਣਨੀ ਚਾਹੀਦੀ। ਦੇਖੋ ਕਿਤੇ ਇੰਝ ਲੱਗਦਾ ਹੈਗਾ ਕਿ ਪਹਿਲਾਂ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹ ਸਾਰਾ ਕੁਛ ਹੋਇਆ ਹੈਗਾ, ਜੇ ਪਹਿਲਾਂ ਹੀ ਪੰਥਕ ਤੌਰ ਤੇ ਇਕੱਠੇ ਹੋ ਜਾਂਦੇ ਆਗੂ ਤਾਂ ਸ਼ਾਇਦ ਅੱਜ ਨੌਬਤ ਜਿਹੜੀ ਆ ਉਹ ਨਹੀਂ ਆਉਣੀ। ਇਹ ਸਾਡੀ ਇੱਕ ਵਿਡੰਬਨਾ ਹੈਗੀ ਹੈ ਕਿ ਅਸੀਂ ਪੂਰੀ ਤਰ੍ਹਾਂ ਜਥੇਬੰਦਕ ਜਿਹੜਾ ਉਹ ਨਹੀਂ ਹੋ ਪਾਉਂਦੇ। ਕੁਛ ਨਾ ਕੁਛ ਜਦੋਂ ਵੀ ਕੋਈ ਜਥੇਬੰਦਕ ਹੋਣ ਦਾ ਯਤਨ ਕਰਦਾ ਤਾਂ ਕੁਛ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਆ ਉਹ ਵਿੱਚ ਆ ਜਾਂਦੇ ਆ, ਜਿਹੜੇ ਜਥੇਬੰਦਕ ਜਦੋਂ ਪੰਥ ਹੋਣ ਲੱਗਦਾ ਤਾਂ ਉਹਨੂੰ ਤਾਰੋ ਪੀਟ ਕਰ ਦਿੰਦੇ ਆ। ਇਹ ਸਾਡੀ ਇੱਕ ਸਮੱਸਿਆ ਹੈ। ਜਦੋਂ ਜਦੋਂ ਪੰਥ ਜਥੇਬੰਦਕ ਹੋਇਆ, ਪ੍ਰਾਪਤੀਆਂ ਵੀ ਕੀਤੀਆਂ ਨੇ, ਅਤੇ ਜਦੋਂ ਜਦੋਂ ਇਹ ਖੇਰੂ ਹੋਇਆ, ਸਰਕਾਰਾਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜਥੇਬੰਦਕ ਜਿਹੜੇ ਆ ਉਹ ਪੂਰੀ ਤਰ੍ਹਾਂ ਨਾ ਹੋ ਪਾਉਣ, ਇਹਨਾਂ ਦੇ ਵਿੱਚ ਵੰਡੀਆਂ ਪਈਆਂ ਰਹਿਣ, ਉਹਨਾਂ ਨੂੰ ਸੂਟ ਕਰਦੀਆਂ, ਅਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ। ਜਥੇਬੰਦਕ ਤੌਰ 'ਤੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ। ਇੱਕ ਪ੍ਰਿਤਪਾਲ ਸਿੰਘ ਆ ਸਿੱਖ ਮੁੰਡਾ ਜਿਹੜਾ ਕਿਸਾਨ ਸੰਘਰਸ਼ 'ਚੋਂ ਚੱਕਿਆ, ਪਹਿਲਾਂ ਪੀਜੇ ਰੋਹਤਕ ਰਿਹਾ, ਹੁਣ ਚੰਡੀਗੜ੍ਹ ਹੈਗਾ, ਪਰਚਾ ਉਹਨਾਂ 'ਤੇ ਦਰਜ ਹੈਗਾ, ਪੁਲਿਸ ਉਹਦੇ ਉੱਤੇ ਲਾਈ ਹੈ ਕਿ ਜਿਵੇਂ ਸੈਕਟ ਹੁੰਦਾ ਦੁਬਾਰਾ ਫਿਰ ਹਰਿਆਣਾ ਪੁਲਿਸ ਉਹਨੂੰ ਲਿਜਾ ਸਕੇ, ਕੀ ਇਹ ਸਾਰੇ ਸੰਘਰਸ਼? ਇਹ ਵੀ ਇੱਕ ਕਿਸਮ ਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਧੱਕਾ ਹੈਗਾ ਕਿ ਅੰਦੋਲਨ ਦੇ ਵਿੱਚੋਂ ਉਹਨਾਂ ਦਾ ਇੱਕ ਲੜਕਾ ਜਿਹੜਾ ਚੁੱਕ ਲਿਆ ਜਾਂਦਾ ਹੈ, ਜਦਕਿ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਪੂਰੀ ਕੀਤੀ ਹੋਈ ਹੈ ਅਤੇ ਕਿਸਾਨ ਜਿਹੜੇ ਆ ਬੈਰੀਕੇਡ ਜਿਹੜੀ ਉਹ ਟੱਪ ਕੇ ਪਰਲੇ ਪਾਸੇ ਗਏ ਹੀ ਨਹੀਂ ਹੈ, ਤਾਂ ਇਹਦਾ ਮਤਲਬ ਹੈ ਕਿ ਫੋਰਸ ਉਰਲੇ ਪਾਸੇ ਆਈ ਹੈ ਔਰ ਉਹਨਾਂ ਨੇ ਉਸ ਲੜਕੇ ਨੂੰ ਚੁੱਕਿਆ, ਕੁੱਟਮਾਰ ਕੀਤੀ ਹੈ, ਇੱਕ ਨੂੰ ਗੋਲੀ ਮਾਰ ਕੇ ਜਿਹੜਾ ਹੈ ਉਹ ਖਤਮ ਕੀਤਾ। ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ, ਬਹੁਤ ਮੰਦਭਾਗਾ। ਬਿਲਕੁਲ, ਇਹ ਤਾਂ ਸ਼ੁਰੂ ਤੋਂ ਕਹਿੰਦੇ ਹੈ ਕਿ ਰਾਸੀਕਰਨ ਹੋਇਆ ਮਾਮਲਿਆਂ ਦਾ, ਮੁਸ਼ਕਲ ਲੱਗਦਾ ਜੀ। ਸਰਕਾਰਾਂ ਚਾਹੁੰਦੀਆਂ ਨੇ ਕਿ ਸਿੱਖਾਂ ਨੂੰ ਇਨਸਾਫ ਮਿਲੇ ਜੀ।